ਤਾਂ ਇਹ ਜਿਹੜਾ ਛੱਲਾ ਤੁਹਾਡੇ ਵੱਲੋਂ ਪਾਇਆ ਜਾਂਦਾ ਇਹਦੇ ਨਾਲ ਬੀਪੀ ਜਿਹੜਾ ਬਿਲਕੁਲ ਮੇਨਟੇਨ ਰਹਿਣ ਲੱਗ ਜੂ। ਮੇਰੀ ਗੱਲ ਸੁਣੋ, ਜੇ 100 ਵਿੱਚੋਂ 100 ਛੱਲਾ ਪਾਉਂਦੇ ਹਾਂ 95 ਦੀ ਗਰੰਟੀ ਹੈ 95 ਠੀਕ ਹੋਣਗੇ ਉਹਦੇ ਨਾਲ। ਇਹ ਵੀ ਬੰਦਾ ਜਿਹੜੀ ਵੀ ਸਾਡੀ ਰਿਪੋਰਟ ਹੈ ਸਾਡੀ ਓਕੇ ਆਉਂਦੀ ਹੈ। ਕਿਹੜਾ ਬੀਪੀ ਦਾ ਛੱਲਾ ਹੈਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ? ਹੈਗਾ ਜੀ ਸਾਡੇ ਕੋਲ ਸਮਾਨ, ਅਸੀਂ ਕੁਛ ਨਹੀਂ ਕਰਨਾ ਹੁੰਦਾ ਜੀ। ਸਾਡੇ ਕੋਲ ਪਹਿਲੇ ਸਾਇਜ਼ ਦੇਖ ਲਈਦਾ, ਉਹਦੇ ਮੁਤਾਬਕ ਅਸੀਂ ਇਹਨੂੰ ਗੋਲ ਕਰ ਲਈਦਾ। ਇਹ ਸਾਡੇ ਜਿਹੜੇ ਹੈਗੇ ਆ ਬਜ਼ੁਰਗਾਂ ਕੰਨੀਓ ਸਾਨੂੰ ਬਖਸ਼ ਮਿਲੀ ਹੋਈ ਹੈ, ਇਹਨੂੰ ਅਸੀਂ ਕੱਟ ਲਈਦਾ ਜੀ। ਇਹ ਜਿੰਨਾ ਮਰਜ਼ੀ ਛੋਟਾ ਵੱਡਾ ਕਰ ਲਈਏ, ਇਹ ਸਾਰੇ ਹਰੇਕ ਸਾਇਜ਼ ਦਾ ਦੇਖੋ ਇਹ ਛੱਲਾ ਜੀ ਤਿਆਰ ਹੋ ਗਿਆ। ਇਹ ਜਿਹੜੇ ਹੈਗੇ ਸਾਨੂੰ ਮਹਾਰਾਜ ਕੰਨੀਓ ਬਖਸ਼ ਹੈਗੀ ਹੈ, ਜਿਹਨੂੰ ਵੀ ਪਾਇਆ ਸਾਡੇ ਕੋਲ ਤਾਂ ਸਾਨੂੰ ਰਿਪੋਰਟ ਵਧੀਆ ਮਿਲੀ ਉਹ ਬੰਦੇ ਦੀ, ਉਹਨੇ ਹੋਰ ਹੀ ਬੰਦੇ ਸਾਨੂੰ ਨਾਲ ਭੇਜੀ ਹੈ। ਤੁਸੀਂ ਦੇਖ ਸਕਦੇ ਹੋ ਜੀ ਇਹ ਛੱਲਾ ਜਿਹੜਾ ਹੈਗਾ ਜੋ ਕਿ ਸ਼ਾਮ ਲਾਲ ਜੀ ਵੱਲੋਂ ਪਾਇਆ ਜਾਂਦਾ। ਇਹ ਛੱਲਾ ਪਾਉਣ ਦੇ ਨਾਲ ਤੁਹਾਨੂੰ ਬੀਪੀ ਦੀ ਕਿੰਨੀ ਵੀ ਸਮੱਸਿਆ ਹੋਵੇ ਤਾਂ ਤੁਹਾਡੀ ਉਹ ਸਮੱਸਿਆ ਜਿਹੜੀ ਠੀਕ ਹੋ ਜਾਣੀ ਹੈ। ਕਹਿੰਦੇ ਨੇ ਕਿ ਬਜ਼ੁਰਗਾਂ ਵੱਲੋਂ ਇਹਨਾਂ ਨੂੰ ਕੋਈ ਬਖਸ਼ਿਸ਼ ਹੈਗੀ ਹੈ। ਜਦੋਂ ਜੀ ਆਪਾਂ ਇਹ ਛੱਲਾ ਤਿਆਰ ਕਰਦੇ ਹਾਂ ਤਾਂ ਪਾਠ ਵੀ ਕੀਤਾ ਜਾਂਦਾ, ਕੋਈ ਮੰਤਰ ਵਗੈਰੇ ਪੜ੍ਹੇ ਜਾਂਦੇ? ਬਿਲਕੁਲ ਜੀ, ਸਾਨੂੰ ਅੰਦਰੋਂ ਜਿਹੜੀ ਪਾਠ ਸਾਨੂੰ ਮਿਲਿਆ ਹੋਇਆ ਉਹ ਜ਼ਰੂਰ ਇਹ ਕਰਨਾ ਹੁੰਦਾ ਨਾਲ। ਬਸ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਮੇਰੇ ਹੱਥ ਦੇ ਵਿੱਚ ਛੱਲਾ ਫੜਿਆ ਹੋਇਆ, ਇਹ ਤਾਂਬੇ ਦਾ ਛੱਲਾ ਜੋ ਕਿ ਇਹਨਾਂ ਵੱਲੋਂ ਪੁਰਾਣੇ ਤੋਂ ਪੁਰਾਣਾ ਜਿਹੜਾ ਬੀਪੀ ਹੈ ਪਾਉਣ ਦੇ ਨਾਲ ਠੀਕ ਹੋ ਜਾਂਦਾ ਹੈ। ਪੁਰਾਣੀ ਬਜ਼ੁਰਗਾਂ ਦੀ ਬਖਸ਼ਿਸ਼ ਆਪਾਂ ਇਹਨੂੰ ਕਹਿ ਸਕਦੇ ਹਾਂ, ਛੱਲੇ ਇਹ ਪਾਏ ਜਾਂਦੇ ਆ। ਅਤੇ ਜੀ ਕੋਈ ਟਾਈਮ ਵੀ ਹੁੰਦਾ ਛੱਲੇ ਜਾਂ ਕੋਈ ਦਿਨ ਵੀ ਹੁੰਦਾ? ਟਾਈਮ ਹੈ ਜੀ, ਅਸੀਂ ਇੱਕ ਵੀਰਵਾਰ ਜਿਹਨੂੰ ਆਪਾਂ ਗੁਰੂਵਾਰ ਕਹਿੰਦੇ ਹਾਂ ਉਹਨੂੰ ਛੱਡ ਕੇ ਬਾਕੀ ਸਵੇਰੇ 10 ਵਜੇ 2 ਵਜੇ ਤੱਕ ਕੋਸ਼ਿਸ਼ ਕਰੀਦੀ ਵੀ ਜਿਹੜਾ ਬੰਦਾ ਜਿਹਨੂੰ ਪ੍ਰੋਬਲਮ ਹੈ ਉਹ ਸਾਡੀ ਇੱਥੇ ਗੱਦੀ 'ਤੇ ਪ੍ਰੈਜੈਂਟ ਹੋਵੇ ਅਤੇ ਅਸੀਂ ਉਹਨਾਂ ਨੂੰ ਛੱਲਾ ਪਾਉਂਦੇ ਹਾਂ ਅਤੇ ਗੁਰੂ ਮਹਾਰਾਜ ਭੋਲੇਨਾਥ ਦੇ ਆਸ਼ੀਰਵਾਦ ਨਾਲ ਉਹ ਫਤਿਹ ਹੁੰਦੇ, ਵਧੀਆ ਹੁੰਦਾ ਉਹ ਬੰਦਾ। ਇਹ ਛੱਲਾ ਪਾਉਣ ਦੀ ਕੋਈ ਫੀਸ ਵੀ ਲਈ ਜਾਂਦੀ ਹੈ ਜਾਂ ਫ੍ਰੀ ਸੇਵਾ ਜੀ? ਫੀਸ ਕੋਈ ਨਹੀਂ ਲੈਂਦੇ ਜੀ, ਅਸੀਂ ਲੰਗਰ ਸੇਵਾ ਰੱਖੀ ਹੈ, ਸਾਡੀ ਕੋਈ ਨਹੀਂ ਜੀ ਲੰਗਰ ਸੇਵਾ ਲਾਈ ਦੀ। ਜਿਹਦੇ ਕੋਈ 10, 20, 50, 100 ਜੋ ਮਰਜ਼ੀ ਕੋਈ ਗੋਲਕ 'ਚ ਪਾ ਦੇਵੇ ਉਹ ਜਿਹੜੀ ਲੰਗਰ ਸੇਵਾ ਇਕੱਠੀ ਹੁੰਦੀ ਹੈ ਉਹ ਅਸੀਂ ਭੱਲੇ ਕੰਮਾਂ ਦੇ ਵਿੱਚ, ਲੰਗਰ ਹੋਇਆ, ਕੋਈ ਵਿਆਹ ਬੱਚੇ ਦਾ ਹੋ ਗਿਆ, ਕੋਈ ਕਿਤਾਬਾਂ ਹੋ ਗਈਆਂ ਉਹਦੇ ਵਿੱਚ ਵਰਤੋਂ ਕਰ ਦਿੱਤੀ ਹੈ। ਪ੍ਰਧਾਨ ਜੀ ਤੁਹਾਡਾ ਪ੍ਰੋਪਰ ਐਡਰੈਸ ਕੀ ਆ ਜਿਹੜੀ ਤਾਂ ਜੋ ਬੀਪੀ ਦਾ ਛੱਲਾ ਲੈਣਾ ਹੋਵੇ ਤੁਹਾਡੇ ਕੋਲ ਲੋਕ ਆ ਸਕਣ? ਮੇਰਾ ਜੀ ਬਿਲਕੁਲ ਆਸਾਨ ਜਿਹਾ ਐਡਰੈਸ ਹੈ ਜੀ, ਮੰਦਰ ਸ਼ਿੰਗਲਾਂ ਵਾਲਾ ਸ਼ਿਵਾਲਾ, ਓਪੋਜਿਟ ਸ਼ਿੰਗਲਾਂ ਵਾਲਾ ਸ਼ਿਵਾਲਾ ਸਾਡੀ, ਉਹਦੇ ਸਾਹਮਣੇ ਦੁਕਾਨ ਹੈ ਜੀ, ਠੀਕ ਹੈ ਨਾ। ਇਹ ਛੱਲਾ ਤੁਸੀਂ ਦੇਖ ਸਕਦੇ ਹੋ ਜੋ ਕਿ ਮੇਰੇ ਹੱਥ ਦੇ ਵਿੱਚ ਫੜਿਆ ਹੋਇਆ, ਕਿੰਨਾ ਵੀ ਪੁਰਾਣਾ ਤੁਹਾਡਾ ਬੀਪੀ ਦੀ ਤੁਹਾਨੂੰ ਸਮੱਸਿਆ ਹੋਵੇ ਛੱਲਾ ਪਾਉਣ ਦੇ ਨਾਲ ਉਹ ਬੀਪੀ ਦੀ ਸਮੱਸਿਆ ਤੁਹਾਡੀ ਹੱਲ ਹੋ ਜਾਣੀ ਹੈ। ਜੇ ਤੁਸੀਂ ਦਵਾਈਆਂ ਖਾ ਅੱਕ ਚੁੱਕੇ ਹੋ ਤਾਂ ਇਹਨਾਂ ਵੱਲੋਂ ਖਾਨਦਾਨੀ ਬਖਸ਼ਿਸ਼ ਆਪਾਂ ਇਹਨੂੰ ਕਹਿ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਕੀ ਨਾਮ ਆ ਜੀ ਤੁਹਾਡਾ ਅਤੇ ਕਿੱਥੋਂ ਦੇ ਰਹਿਣ ਵਾਲੇ ਹੋ? ਮੈਂ ਸ਼ਾਮ ਲਾਲ ਜੀ, ਮੇਰਾ ਜਨਮ ਇੱਥੇ ਦਾ ਛੋਲਾ ਰੋਡ ਦਾ ਹੀ ਹੈਗਾ, ਲੁਧਿਆਣੇ ਦਾ ਰਹਿਣ ਵਾਲਾ ਮੈਂ, ਅਤੇ ਭੋਲੇਨਾਥ ਦਾ ਆਸ਼ੀਰਵਾਦ ਹੈ ਸਾਡਾ ਇਹ ਖਾਨਦਾਨੀ ਸਾਡੇ ਇਹ ਸਾਨੂੰ ਬਖਸ਼ ਹੈਗੀ ਇਸ ਸਮਾਨ ਦੀ। ਜਿਹਨੂੰ ਵੀ ਅਸੀਂ ਅੱਜ ਤੱਕ ਧਾਗਾ ਜਾਂ ਕੋਈ ਛੱਲਾ ਜਾਂ ਕੋਈ ਦਵਾਈ ਬਣਾ ਕੇ ਦਿੱਤੀ ਹੈਗੀ ਆ ਉਹਨੂੰ ਭੋਲੇਨਾਥ ਦੇ ਆਸ਼ੀਰਵਾਦ ਨਾਲ ਫਾਇਦਾ ਹੀ ਹੋਇਆ। ਜਿਵੇਂ ਜੀ ਆਪਾਂ ਬੀਪੀ ਦੀ ਗੱਲ ਕਰ ਲਈਏ ਤਾਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੈ ਬਲੱਡ ਪ੍ਰੈਸ਼ਰ ਨੂੰ ਲੈ ਕੇ, ਤਾਂ ਦਵਾਈਆਂ ਵੀ ਖਾਂਦੇ ਨੇ, ਗੋਲੀਆਂ ਵੀ ਖਾਂਦੇ ਨੇ ਪਰ ਉਹ ਠੀਕ ਜ਼ਿਆਦਾਤਰ ਨਹੀਂ ਹੁੰਦੀ, ਤਾਂ ਇਹ ਜਿਹੜਾ ਛੱਲਾ ਤੁਹਾਡੇ ਵੱਲੋਂ ਪਾਇਆ ਜਾਂਦਾ ਇਹਦੇ ਨਾਲ ਬੀਪੀ ਜਿਹੜਾ ਬਿਲਕੁਲ ਮੇਨਟੇਨ ਰਹਿਣ ਲੱਗ ਜੂ? ਮੇਰੀ ਗੱਲ ਸੁਣੋ, ਜੇ 100 ਵਿੱਚੋਂ 100 ਛੱਲਾ ਪਾਉਂਦੇ ਹਾਂ 95 ਦੀ ਗਰੰਟੀ ਹੈ 95 ਠੀਕ ਹੋਣਗੇ ਉਹਦੇ ਨਾਲ। ਇਹ ਵੀ ਬੰਦਾ ਜਿਹੜੀ ਵੀ ਸਾਡੀ ਰਿਪੋਰਟ ਹੈ ਸਾਡੀ ਓਕੇ ਆਉਂਦੀ ਹੈ। ਕਿਹੜਾ ਬੀਪੀ ਦਾ ਛੱਲਾ ਹੈਗਾ ਜਿਹੜਾ ਤੁਹਾਡੇ ਵੱਲੋਂ ਪਾਇਆ ਜਾਂਦਾ? ਹੈਗਾ ਜੀ ਸਾਡੇ ਕੋਲ ਸਮਾਨ, ਅਸੀਂ ਕੁਛ ਨਹੀਂ ਕਰਨਾ ਹੁੰਦਾ ਜੀ। ਸਾਡੇ ਕੋਲ ਪਹਿਲੇ ਸਾਇਜ਼ ਦੇਖ ਲਈਦਾ, ਉਹਦੇ ਮੁਤਾਬਕ ਅਸੀਂ ਇਹਨੂੰ ਗੋਲ ਕਰ ਲਈਦਾ। ਇਹ ਸਾਡੇ ਜਿਹੜੇ ਹੈਗੇ ਆ ਬਜ਼ੁਰਗਾਂ ਕੰਨੀਓ ਸਾਨੂੰ ਬਖਸ਼ ਮਿਲੀ ਹੋਈ ਹੈ।